ਆਯੁਰਵੈਦਿਕ ਭੰਡਾਰ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਹੈਲਥ ਨਾਲ ਜੁੜੀ ਨਵੀਂ ਵੀਡੀਓ ਦੇਖਣ ਲਈ ਆਪਣੇ ਇਸ ਚੈਨਲ ਨੂੰ ਅੱਜ ਹੀ ਫ੍ਰੀ ਦੇ ਵਿੱਚ ਸਬਸਕ੍ਰਾਈਬ ਕਰਿਓ ਅਤੇ ਨਾਲ ਬੈਲ ਆਈਕਨ ਬਟਨ ਨੂੰ ਜ਼ਰੂਰ ਦਬਾਇਓ। ਸੀਜ਼ਨ ਕੀਪ ਦਾ ਡਾਕਟਰ ਅਵੇ ਫੋਰ ਦਾ ਹੋਲ ਈਅਰ। ਜੀ ਹਾਂ ਦੋਸਤੋ, ਅੱਜ ਦੇ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ, ਧਿਆਨ ਨਾਲ ਸੁਣਿਓ, ਕਿਉਂਕਿ ਅਮਰੂਦ ਦੇ ਜੋ ਜ਼ਬਰਦਸਤ ਫਾਇਦੇ ਹਨ, ਅਮਰੂਦ ਦੇ ਵਿੱਚ ਜਿਹੜੇ ਕਮਾਲ ਦੇ ਤੱਤ ਪਾਏ ਜਾਂਦੇ ਹਨ ਦੋਸਤੋ, ਉਹ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਬਚਾਉਂਦੇ ਹਨ। ਅਤੇ ਨਾਲ ਹੀ ਦੋਸਤੋ, ਇਸ ਦੇ ਵਿੱਚ ਇੱਕ ਹੋਰ ਵੀ ਫਾਇਦੇਮੰਦ ਤੱਤ ਪਾਇਆ ਜਾਂਦਾ ਹੈ, ਜਿਸ ਦੇ ਬਾਰੇ ਮੈਂ ਤੁਹਾਨੂੰ ਦੱਸੂੰਗਾ ਅਤੇ ਇਸ ਨੂੰ ਇਸਤੇਮਾਲ ਕਰਨ ਦਾ ਤਰੀਕਾ ਵੀ ਦੱਸੂੰਗਾ, ਜਿਹੜਾ ਤੁਹਾਡੇ ਚਿਹਰੇ ਦੀ ਚਮਕ ਨੂੰ ਨਿਖਾਰ ਕੇ ਤੁਹਾਡਾ ਚਿਹਰਾ ਆਪਣੇ ਰੰਗ ਨੂੰ ਦੋਸਤੋ ਆਪਣੇ ਕਲਰ ਨੂੰ ਗੁਆ ਚੁੱਕਾ ਹੈ ਅਤੇ ਬਿਲਕੁਲ ਚਿਹਰੇ ਦੀ ਝੁਰੀਆਂ ਪੈ ਚੁੱਕੀਆਂ ਹਨ। ਅਤੇ ਚਿਹਰੇ ਦੀ ਸੁਧਾਰ ਦੇ ਲਈ ਅਤੇ ਵਾਲਾਂ ਦੇ ਲਈ ਵੀ ਬਹੁਤ ਹੀ ਉਪਯੋਗੀ ਆ ਅਮਰੂਦ। ਇਸ ਦੇ ਬਹੁਤ ਸਾਰੇ ਫਾਇਦੇ ਵੀ ਹਨ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂੰਗਾ। ਉਸ ਤੋਂ ਪਹਿਲਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਲ ਦਾ ਸੇਵਨ ਕਰਨਾ, ਫਰੂਟ ਦਾ ਸੇਵਨ ਕਰਨਾ, ਜੂਸ ਦਾ ਸੇਵਨ ਕਰਨਾ ਸਾਡੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਪਰ ਦੋਸਤੋ, ਇਹ ਜ਼ਿਆਦਾਤਰ ਚੀਜ਼ਾਂ ਮਹਿੰਗੇ ਵੀ ਹੁੰਦੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅਮਰੂਦ ਬਹੁਤ ਹੀ ਸਸਤਾ ਹੁੰਦਾ ਆ ਅਤੇ ਆਪਣੇ ਗੁਣਾਂ ਦੇ ਮਾਮਲੇ ਦੇ ਵਿੱਚ ਦੋਸਤੋ ਇਹ ਬਹੁਤ ਹੀ ਫਾਇਦੇਮੰਦ ਅਤੇ ਬਹੁਤ ਹੀ ਸਸਤਾ ਹੁੰਦਾ ਆ। ਅਤੇ ਕਿਉਂ ਹਨ ਇਸ ਦੇ ਇੰਨੇ ਅਸਰ, ਤਾਂ ਦੋਸਤੋ ਮੈਂ ਤੁਹਾਨੂੰ ਹੁਣੇ ਜਲਦੀ ਦੱਸਦਾ ਹਾਂ ਕਿ ਅਮਰੂਦ ਖਾਣ ਨਾਲ ਕੀ ਫਾਇਦੇ ਹੁੰਦੇ ਹਨ। ਜੇ ਤੁਸੀਂ ਅਮਰੂਦ ਖਾਂਦੇ ਹੋ ਤਾਂ ਇਸ ਦੇ ਫਾਇਦੇ ਤੁਸੀਂ ਜ਼ਰੂਰ ਸੁਣੋ। ਸਭ ਤੋਂ ਪਹਿਲਾਂ ਗੁਣਾਂ ਦੇ ਮਾਮਲੇ ਦੇ ਵਿੱਚ ਅਮਰੂਦ ਸੇਬ ਤੋਂ ਵੀ ਘੱਟ ਨਹੀਂ ਆ। ਜੀ ਹਾਂ, ਕਿਉਂਕਿ ਇਸ ਦੇ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਕੋਪਰ, ਮੈਗਨੀਸ਼ੀਅਮ ਪ੍ਰਚੁਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ। ਅਮਰੂਦ ਖਾਣਾ ਦੋਸਤੋ ਸਰੀਰ ਦੇ ਵਿੱਚ ਕੈਂਸਰ ਹੋਣ ਦਾ ਖਤਰਾ ਜਾਂ ਟਿਊਮਰ ਹੋਣ ਦਾ ਖਤਰਾ ਬਹੁਤ ਹੀ ਘੱਟ ਹੋ ਜਾਂਦਾ ਹੈ। ਦੋਸਤੋ, ਕਿਹਾ ਜਾਂਦਾ ਹੈ ਕਿ ਇੱਕ ਅਮਰੂਦ ਦੇ ਦਾਣੇ ਦੇ ਵਿੱਚ ਸੰਤਰੇ ਤੋਂ ਕਈ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਅਤੇ ਕੇਲੇ ਤੋਂ ਕਈ ਜ਼ਿਆਦਾ ਪੋਟੇਸ਼ੀਅਮ ਪਾਇਆ ਜਾਂਦਾ ਹੈ ਅਮਰੂਦ ਦੇ ਵਿੱਚ। ਇਹ ਐਂਟੀਆਕਸੀਡੈਂਟ ਦਾ ਖਜ਼ਾਨਾ ਹੁੰਦਾ ਹੈ ਦੋਸਤੋ, ਜਿਹੜਾ ਸਾਡੇ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵੀ ਵਧਾਉਂਦਾ ਹੈ, ਜਿਸ ਤੋਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਬਿਮਾਰੀਆਂ ਦੂਰ ਹੀ ਰਹਿੰਦੀਆਂ ਹਨ। ਦੋਸਤੋ, ਦਿਲ ਦੇ ਮਰੀਜ਼ਾਂ ਦੇ ਲਈ ਵੀ ਇਹ ਬਹੁਤ ਹੀ ਫਾਇਦੇਮੰਦ ਹੈ ਇੱਕ ਅਮਰੂਦ। ਦੋਸਤੋ, ਇਹ ਹਿਰਦੇ ਨੂੰ ਮਜ਼ਬੂਤ ਰੱਖਦਾ ਹੈ, ਇਸ ਦੇ ਅੰਦਰ ਨੈਚੁਰਲ ਫਾਈਬਰ ਪਾਇਆ ਜਾਂਦਾ ਹੈ ਜਿਹੜਾ ਕੋਲੈਸਟ੍ਰੋਲ ਨੂੰ ਕੰਟਰੋਲ ਰੱਖਣ ਦੇ ਵਿੱਚ ਅਤੇ ਸਾਡੇ ਡਾਈਜੈਸ਼ਨ ਲਈ ਦੋਸਤੋ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਅਮਰੂਦ। ਅਮਰੂਦ ਦਾ ਸੇਵਨ ਕਰਨ ਦੇ ਨਾਲ ਦੋਸਤੋ, ਜੇ ਤੁਸੀਂ ਅਮਰੂਦ ਦੇ ਛੋਟੇ ਛੋਟੇ ਟੁਕੜੇ ਨੂੰ ਕੱਟ ਕੇ ਖਾਂਦੇ ਹੋ, ਜੀ ਹਾਂ ਦੋਸਤੋ, ਤਾਂ ਇਹ ਸਹੀ ਤਰ੍ਹਾਂ ਨਾਲ ਪਚ ਵੀ ਜਾਂਦਾ ਹੈ ਅਤੇ ਨਾਲ ਹੀ ਦੋਸਤੋ ਕਬਜ਼ ਦੀ ਸਮੱਸਿਆ ਸਰੀਰ ਦੇ ਵਿੱਚ ਨਹੀਂ ਹੁੰਦੀ ਹੈ। ਇਸ ਲਈ ਦੋਸਤੋ, ਜੇ ਤੁਸੀਂ ਅਮਰੂਦ ਖਾਂਦੇ ਹੋ ਤਾਂ ਕੱਟ ਕੇ ਖਾਣ ਦੇ ਨਾਲ ਇਹ ਸਰੀਰ ਦੇ ਲਈ ਬੈਨੀਫਿਸ਼ੀਅਲ ਹੈ, ਕਿਉਂਕਿ ਪੇਟ ਦੇ ਵਿੱਚ ਆਸਾਨੀ ਨਾਲ ਡਾਈਜੈਸਟ ਹੋ ਜਾਂਦਾ ਹੈ। ਡਾਇਬਿਟੀ ਦੇ ਵਿੱਚ ਦੋਸਤੋ ਅਮਰੂਦ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਜੀ ਹਾਂ, ਅਮਰੂਦ ਕੱਟ ਕੇ ਖਾਣ ਦੇ ਨਾਲ ਇਹ ਜਿੰਨਾ ਸਵਾਦਿਸ਼ਟ ਹੁੰਦਾ ਹੈ ਉਨਾ ਹੀ ਸਾਡੀ ਅੱਖਾਂ ਦੇ ਲਈ ਸਵਾਸਥ ਅਤੇ ਫਾਇਦੇਮੰਦ ਹੁੰਦਾ ਹੈ। ਇਹ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾ ਕੇ ਦੋਸਤੋ ਮੋਤੀਆਬਿੰਦ ਵਰਗੀ ਬਿਮਾਰੀ ਨਹੀਂ ਹੁੰਦੀ ਹੈ। ਹੁਣ ਮੈਂ ਦੋਸਤੋ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਸੀਂ ਚਿਹਰੇ ਨੂੰ ਹੈਲਥੀ, ਸਵਾਸਥ ਅਤੇ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਅਤੇ ਚਿਹਰੇ ਦੀ ਚਮਕ ਹਟ ਚੁੱਕੀ ਆ, ਤਾਂ ਤੁਹਾਨੂੰ ਇਸਦਾ ਇਸਤੇਮਾਲ ਕਿਸ ਤਰ੍ਹਾਂ ਕਰਨਾ ਹੈ ਦੋਸਤੋ? ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਅਮਰੂਦ ਦਾ ਜਿਹੜਾ ਗੂਦਾ ਜਿਹਾ ਹੁੰਦਾ ਆ ਉਸਨੂੰ ਬਰੀਕ ਪੀਸ ਕੇ ਦੋਸਤੋ ਤੁਸੀਂ ਇਸਦਾ ਪੇਸਟ ਬਣਾ ਲਓ। ਉਸ ਦੇ ਵਿੱਚ ਲਗਭਗ 1 ਚਮਚ ਪਿਓਰ ਸਾਫ਼ ਗੁਲਾਬ ਜਲ ਮਿਲਾ ਕੇ ਆਪਣੇ ਚਿਹਰੇ ਦੇ ਉੱਤੇ ਲਾ ਲਓ ਅਤੇ 1 ਤੋਂ 1.5 ਘੰਟੇ ਤੱਕ ਦੋਸਤੋ ਲਗਾ ਕੇ ਰੱਖੋ। ਇਸ ਤਰ੍ਹਾਂ ਇਹ ਤੁਹਾਡੇ ਚਿਹਰੇ ਦੀ ਨਿਖਾਰ ਨੂੰ ਵਧਾ ਦਿੰਦਾ ਹੈ ਅਤੇ ਇਹ ਅਸਰ ਤੁਹਾਨੂੰ ਦੋਸਤੋ ਚਿਹਰੇ ਦੇ ਉੱਤੇ ਹੌਲੀ ਹੌਲੀ ਫਰਕ ਦੇਖਣ ਨੂੰ ਮਿਲੂੰਗਾ। ਚਿਹਰੇ 'ਤੇ ਐਂਟੀਆਕਸੀਡੈਂਟ ਦਾ ਹੀ ਕੰਮ ਕਰੂੰਗਾ ਦੋਸਤੋ। ਇਹ ਅਮਰੂਦ ਦੇ ਪੱਤੇ ਅਤੇ ਛਿਲਕੇ ਵਾਲਾਂ ਦੇ ਗਰੋਥ ਅਤੇ ਵਾਲਾਂ ਦੇ ਹੈਲਥੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਆ। ਦੋਸਤੋ, ਇੱਕ ਗੱਲ ਦਾ ਧਿਆਨ ਰਵੇ ਕਿ ਹਰ ਇੱਕ ਚੀਜ਼ ਨੂੰ ਲਿਮਿਟ ਮਾਤਰਾ ਦੇ ਵਿੱਚ ਹੀ ਖਾਣ ਨਾਲ ਇਹ ਸਾਡੇ ਸਿਹਤ ਦੇ ਲਈ ਫਾਇਦੇਮੰਦ ਹੁੰਦੀਆਂ ਹਨ।
ਇਸ ਲਈ ਦੋਸਤੋ ਜ਼ਰੂਰ ਦੇ ਤੌਰ 'ਤੇ ਅਮਰੂਦ ਦਾ ਸੇਵਨ ਕਰਨ ਦੇ ਨਾਲ ਇਹ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਅਤੇ ਇਸ ਦੇ ਫਾਇਦੇ ਅਤੇ ਅਸਰ ਦੇ ਬਾਰੇ ਤੁਸੀਂ ਜਾਣ ਹੀ ਗਏ ਹੋਗੇ। ਲਾਸਟ ਦੇ ਵੀ ਦੋਸਤੋ ਨਵੇਂ ਫਰੈਂਡਸ ਅਤੇ ਵਿਊਅਰ ਦੇ ਲਈ ਇੱਕ ਇੰਪੋਰਟੈਂਟ ਗੱਲ ਇਹ ਹੈ ਕਿ ਜੇ ਤੁਸੀਂ ਹਰ ਰੋਜ਼ ਹੈਲਥ ਨਾਲ ਜੁੜੀ ਨਵੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਿਓ ਅਤੇ ਨਾਲ ਬੈੱਲ ਆਈਕਨ ਬਟਨ ਨੂੰ ਜੋੜ ਦਵਾਇਓ। ਤਾਂ ਮਿਲਦੇ ਹਾਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਨਾਲ।